ਪਹੁੰਚੀਆਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਮਨੁਵਾਦੀ ਸਰਕਾਰਾਂ ਦਾ ਪਿੱਟ ਸਿਆਪਾ ਕਰਨ ਲਈ ਅਸੀਂ ਰੋਡ ਜਾਮ ਕੀਤੇ ਆ, ਪਿੱਟ ਸਿਆਪਾ ਉਹਨਾਂ ਦੀਆਂ ਮਕਾਨਾਂ ਦੇਣ ਲਈ। ਅੱਜ ਬਗਵਾੜਾ ਨਹੀਂ, ਪੂਰੇ ਭਾਰਤ ਵਿੱਚ ਪੂਰੇ ਪੰਜਾਬ ਵਾਸੀਆਂ ਨੇ, ਭਾਰਤ ਵਾਸੀਆਂ ਨੇ ਪੰਜਾਬ ਤੇ ਭਾਰਤ ਬੰਦ ਕੀਤਾ ਹੋਇਆ ਹੈ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਰਵਿਦਾਸ ਮੰਦਿਰ ਤੁਲਕਾਬਾਦ ਵਿਖੇ ਜਿਹੜਾ ਮਨੁਵਾਦੀ ਸਰਕਾਰ ਨੇ ਢਾਇਆ, ਸੋ ਉਹਨਾਂ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਿਹਾ। ਬਾਕੀ ਮੇਰੀ ਕੌਮ ਦੇ ਬਹੁਤ ਜੱਜ ਨੇ, ਮੇਰੀ ਕੌਮ ਦੇ ਬਹੁਤ ਵੱਡੇ ਵੱਡੇ ਪੁਲਿਸ ਅਫਸਰ ਨੇ, ਮੇਰੀ ਕੌਮ ਦੇ ਬਹੁਤ ਨੇਤਾ ਨੇ ਜਿਹੜੇ ਕਿ ਸਮਾਜ ਤੋਂ ਵੋਟਾਂ ਲੈ ਕੇ ਅੱਜ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਕੇ ਬੈਠੇ ਨੇ, ਜਿਨ੍ਹਾਂ ਦਾ ਮੇਰੇ ਕਹਿਣ ਦਾ ਮਤਲਬ ਮਨੁਵਾਦੀ ਪਾਰਟੀਆਂ ਦੇ ਆ ਮੈਂ ਚੂੜੀਆਂ ਖੋਲ ਦਿੱਤੀਆਂ ਆ, ਮੇਰਾ ਸਮਾਜ ਉਹਨਾਂ ਨੂੰ ਚੂੜੀਆਂ ਪਹਿਨਾਉਂਗਾ, ਕਿਉਂਕਿ ਅੱਜ ਅਸੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਅਸੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਸਪੁੱਤ ਬਣ ਕੇ ਇਸ ਮੈਦਾਨ ਦੇ ਵਿੱਚ ਆਏ ਆ। ਅੱਜ ਸਾਨੂੰ ਗੋਲੀਆਂ ਦਾ ਸਾਹਮਣਾ ਕਰਨਾ ਪਿਆ, ਸ਼ਰੇਆਮ ਗੋਲੀਆਂ ਦਾ ਸਾਹਮਣਾ ਕਰਾਂਗੇ, ਕਿਉਂਕਿ ਇਹਨਾਂ ਨੇ ਪਹਿਲਾਂ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਸੀ, ਉਹ ਵੀ ਜਰ ਲਿਆ। ਉਸ ਤੋਂ ਬਾਅਦ ਇਹਨਾਂ ਨੇ ਸੰਤ ਰਾਮਾਨੰਦ ਜੀ ਕਾਂਡ ਕੀਤਾ, ਉਹ ਵੀ ਜਰ ਲਿਆ। ਪਰ ਅੱਜ ਸਾਡੇ ਪਿਓ ਦੇ ਮੰਦਿਰ ਨੂੰ ਢਾਇਆ ਕੁੱਤਿਆਂ ਕਮੀਨਿਆਂ ਨੇ, ਰਵਿਦਾਸੀਆਂ ਦੇ ਸਾਲਿਆਂ ਨੇ। ਅੱਜ ਪੂਰਾ ਸਮਾਜ ਉਹਨਾਂ ਦੀ ਮਕਾਨ ਦੇਣ ਲਈ ਆਇਆ, ਕਿਉਂਕਿ ਰਵਿਦਾਸੀਆਂ ਦਾ ਹੜ ਆ ਚੁੱਕਿਆ। ਸਾਨੂੰ ਵੋਟੀ ਵੋਟੀ ਨਹੀਂ ਆਉਣੀ, ਜਿਨ੍ਹਾਂ ਨੂੰ ਹਿੰਮਤ ਹੈਗੀ ਜਿਨ੍ਹਾਂ 'ਚ ਤੇ ਆ ਕੇ ਸਾਡੇ ਨਾਲ ਰੋਡ 'ਤੇ ਪੰਗਾ ਲਵੇ, ਕਿਉਂਕਿ ਹੁਣ ਰਵਿਦਾਸੀਆਂ ਦੇ ਪੁੱਤ ਸਪੁੱਤ ਮੈਦਾਨ ਦੇ ਵਿੱਚ ਨਿੱਤਰ ਚੁੱਕੇ ਆ। ਕਹਿੰਦੇ ਮੇਰੀ ਕੌਮ ਦੇ ਉਹ ਬੱਬਰ ਸ਼ੇਰ ਵੀਰੋ, ਧਰ ਕੇ ਹੱਥਾਂ 'ਤੇ ਹੱਥ ਹੁਣ ਨਹੀਂ ਸਰਨਾ, ਮਿਸ਼ਨ ਵਿਰੋਧੀਆਂ ਨੂੰ ਸਬਕ ਸਿਖਾ ਦੇਵੋ, ਭਾਵੇਂ ਪੈ ਜਾਵੇ ਵਿੱਚ ਮੈਦਾਨ ਮਰਨਾ, ਜਿਹੜੇ ਮੈਦਾਨ ਵਿੱਚ ਮਰਨ ਲਈ ਤਿਆਰ ਵਾ, ਲਾ ਦਿਓ ਇੱਕ ਵਾਰੀ ਜੈਕਾਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ। ਸੰਤ ਸਮਾਜ ਇਸ ਵੇਲੇ ਸਾਡੇ ਨਾਲ ਬੈਠੇ ਆ, 108 ਸਤਗੁਰ ਪਾਂਡਵੇ ਵਾਲੇ ਮਹਾਰਾਜ ਮਹਿੰਦਰ ਸਿੰਘ ਜੀ, ਸਾਡੇ ਡਾਡੀਆਂ ਵਾਲੇ ਸਤਗੁਰ ਜਸਵਿੰਦਰ ਦਾਸ ਜੀ ਤੇ ਸਤਨਾਮ ਸਿੰਘ ਜੀ ਨਰੂਰ ਦੇ ਵਾਲੇ ਤੇ ਬਾਕੀ ਚਿਹੜੂ ਵਾਲੇ ਸੰਤ ਮਹਾਂਪੁਰਸ਼ ਤੇ ਸਾਡੇ ਮਹਾਰਾਜ ਸੰਗਤਪੁਰ ਵਾਲੇ ਆਲ ਸਾਧੂ ਸੰਪੇ ਦਾ ਸੁਸਾਇਟੀ, ਜਿੰਨੇ ਵੀ ਸਮਾਜ ਦੇ ਹੁਣ ਹਰ ਨੇਤਾ ਗਣ ਪਹੁੰਚਿਆ, ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਕਿਉਂਕਿ ਅੱਜ ਸਾਡੇ ਪਾਂਡਵੇ ਵਾਲੇ ਮਹਾਰਾਜ ਜਿਨ੍ਹਾਂ ਦੇ ਹੁਕਮ ਅਨੁਸਾਰ ਔਰ ਡੇਰਾ ਸੱਚਖੰਡ ਬੱਲਾਂ ਦੇ ਹੁਕਮ ਅਨੁਸਾਰ ਅਸੀਂ ਇਹ ਰੋਡ ਜਾਮ ਕੀਤਾ ਹੈ, ਕਿਉਂਕਿ ਸਾਡੇ ਮਹਾਂਪੁਰਸ਼ਾਂ ਨੇ ਸਾਡੇ ਸਿਰ ਤੇ ਹੱਥ ਰੱਖ ਦਿੱਤਾ ਆ, ਤੇ ਹੁਣ ਉਹਨਾਂ ਦੇ ਬੱਚੇ ਕਦੀ ਮੈਦਾਨ ਚੋਂ ਦੌੜਨਗੇ ਨਹੀਂ, ਮੈਦਾਨ ਛੱਡ ਕੇ ਨਹੀਂ ਜਾਣਗੇ, ਜੇ ਮਰਨਾ ਤਾਂ ਇੱਥੇ ਹੀ ਮਰਾਂਗੇ, ਨਹੀਂ ਤਾਂ ਸਰਕਾਰ ਨੂੰ ਸਾਡਾ ਕਹਿਣਾ ਮੰਨਣਾ ਪੈਣਾ। ਅਸੀਂ ਸਾਡੀ ਇੰਨੇ ਕਰੋੜਾਂ ਦਾ ਲਾਣਾ ਆ, ਅਸੀਂ ਇੱਕ ਇੱਕ ਰੁਪਈਆ ਇਕੱਠਾ ਕਰੀਏ ਤਾਂ 22-24 ਕਰੋੜ ਰੁਪਈਆ ਬਣਦਾ, ਆਲੀਸ਼ਾਨ ਮੰਦਿਰ ਬਣ ਸਕਦਾ। ਸਾਨੂੰ ਕਿਸੇ ਦੀ ਭੀਖ ਦੀ ਲੋੜ ਨਹੀਂ ਕਿ ਸਾਨੂੰ ਉਹ ਨੇਤਾ ਬਣਾ ਕੇ ਦਊਗਾ ਮੰਦਿਰ, ਉਹ ਨੇਤਾ ਬਣਾ ਕੇ ਦਊਗਾ। ਸਾਡੇ ਸਮਾਜ ਦੇ ਵਿੱਚ ਮੇਰੇ ਹੋਣਹਾਰ ਭਰਾ ਬੈਠੇ ਨੇ, ਅਸੀਂ ਆਪਣੇ ਬਲ ਬੂਤੇ ਤੇ ਮੰਦਿਰ ਬਣਾਵਾਂਗੇ, ਸਾਨੂੰ ਮਨਜ਼ੂਰੀ ਚਾਹੀਦੀ ਮੰਦਿਰ ਬਣਾਉਣ ਦੀ। ਸੋ ਬਹੁਤ ਬਹੁਤ ਧੰਨਵਾਦ, ਜੈ ਭੀਮ, ਜੈ ਪਾਤ, ਜੈ ਗੁਰਦੇਵ।